ਸਾਰੀ ਗੱਲ ਦੱਸ ਪੁੱਤ ਮੇਰਾ ਪਿਓ ਪੰਜਾਬ ਪੁਲਿਸ ਦੇ ASI ਦੀ ਘਰੋਂ ਮਿਲੀ ਲਾਸ਼ ਪਰਿਵਾਰ ਨੇ ਪਤਨੀ ਤੇ ਲਗਾਏ ਇਲਜ਼ਾਮ ਪਤੀ ਦੀ ਮੌਤ ਤੋਂ ਬਾਅਦ ਗਾਇਬ ਹੈ ਪਤਨੀ ਦੋਨਾਂ ਦਾ ਆਪਸ ਦੇ ਵਿੱਚ ਰਹਿੰਦਾ ਸੀ ਕਲੇਸ਼ ਦੱਸਦੇ ਕਿ ਪੰਜਾਬ ਪੁਲਿਸ ਦੇ ਇੱਕ ASI ਦੀ ਮੌਤ ਹੋਈ ਹੈ ਤੇ ਉਸਦੀ ਲਾਸ਼ ਉਸਦੇ ਘਰ ਤੋਂ ਮਿਲੀ ਹੈ ਜਿਸ ਤੋਂ ਬਾਅਦ ਉਸਦੀ ਪਤਨੀ ਘਰ ਤੋਂ ਫਰਾਰ ਹੈ ਤੇ ਨਾ ਹੀ ਉਸਦਾ ਕੋਈ ਪਤਾ ਲੱਗ ਰਿਹਾ ਹੁਣ ਪੁਲਿਸ ਇਸ ਸੰਬੰਧੀ ਜਾਂਚ ਕਰ ਰਹੀ ਹੈ ਕਿ ਇਹ ਕਤਲ ਹੈ ਜਾਂ ਫਿਰ ਖੁਦਕੁਸ਼ੀ ਇਸ ਸੰਬੰਧੀ ਪਰਿਵਾਰ ਨੇ ਦੱਸਿਆ ਕਿ ਉਸਦਾ ਆਪਣੀ ਪਤਨੀ ਦੇ ਨਾਲ ਕਲੇਸ਼ ਰਹਿੰਦਾ ਸੀ ਤੇ ਹਮੇਸ਼ਾ ਉਹਨਾਂ ਵਿੱਚ ਲੜਾਈ ਵੀ ਚੱਲਦੀ ਰਹਿੰਦੀ ਸੀ ਤੇ ਹੁਣ ਉਸਦੀ ਮੌਤ ਤੋਂ ਬਾਅਦ ਉਹ ਫਰਾਰ ਹੈ ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਉਸਦੇ ਪਤੀ ਨੇ ਖੁਦਕੁਸ਼ੀ ਕੀਤੀ ਹੁੰਦੀ ਤਾਂ ਉਸ ਨੂੰ ਭੱਜਣ ਦੀ ਕੀ ਲੋੜ ਸੀ ਇਸ ਦੀ ਮੌਤ ਦੇ ਪਿੱਛੇ ਇਸ ਦੀ ਪਤਨੀ ਦਾ ਹੀ ਹੱਥ ਹੈ ਇਸ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਦੱਸਦੇ ਕਿ ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਪੁਲਿਸ ਦੇ ਇੱਕ ASI ਦੀ ਅਣਪਛਾਤੇ ਕਾਰਨਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਭਿਜਵਾ ਦਿੱਤਾ ਹੈ ਤੇ ਫਰਾਰ ਪਤਨੀ ਤੇ ਮਾਮਲਾ ਦਰਜ ਕਰ ਲਿਆ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਨੇ ਹੁਣ ਇਸ ਸੰਬੰਧੀ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਸਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਜਾਵੇ ਇਸ ਸੰਬੰਧੀ ਪੁਲਿਸ ਦੇ ਕੋਲ ਵੱਡਾ ਚੈਲੰਜ ਹੋਵੇਗਾ ਇਹ ਗੁੱਥੀ ਸੁਲਝਾਉਣ ਦਾ ਕਿ ਇਹ ਮਰਡਰ ਹੈ ਜਾਂ ਫਿਰ ਖੁਦਕੁਸ਼ੀ ਚਲਾ ਕੇ ਵੇਖਣ ਡਿਆ ਫਿਲਮਾਂ ਵੇਖਣ ਡਿਆ ਸਾਲਾ ਉਹਦਾ ਇੱਕੋ ਇੱਕ ਭੈਣ ਘਰ ਵਿਧਵਾ ਹੋ ਜਾਵੇ ਬਟਾਲੇ ਤੋਂ ਇੱਡੀ ਛੇਤੀ ਕਿੱਦਾਂ ਆ ਗਿਆ ਸਾਡੇ ਘਰ ਫਿਰ ਕਹਿੰਦਾ ਪਿਆ ਕਿ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਕੀ ਹੋਇਆ ਵਾ ਤੂੰ ਮੇਰੇ ਘਰ ਉਧਰ ਨਹੀਂ ਗਿਆ ਆਪਣੀ ਕੁੜੀ ਦੇ ਘਰ ਜਦੋਂ ਉਧਰ ਪਰਸੋਂ ਵੀ ਇਹਨਾਂ ਨੇ ਮੇਰੇ ਬੱਚੇ ਨੂੰ ਧਮਕੀਆਂ ਲਾਈਆਂ ਇਹਦੀ ਸੱਸ ਆਈ ਮੈਨੂੰ ਮੁੰਡੇ ਨੇ ਖੁਦ ਦੱਸਿਆ ਮੇਰੇ ਕੋਲ ਖੁਦ ਪ੍ਰੂਫ ਹੈਗੇ ਰਿਕਾਰਡਿੰਗਾਂ ਮੇਰੇ ਕੋਲ ਮੇਰੇ ਪੁੱਤ ਦੀ ਉੱਥੇ ਮੈਂ ਰਿਕਾਰਡਿੰਗ ਲਾ ਦੇਣੀ ਜਦੋਂ ਢਿੱਡ ਫੋਲਦਾ ਸੀ ਮੈਂ ਕਿਹਾ ਵੀ ਪੁੱਤ ਇੱਦਾਂ ਕਰਦਾ ਕਿਤੇ ਤੈਨੂੰ ਮਾਰ ਨਾ ਦੇਵੇ ਉਹੀ ਗੱਲ ਹੋਈ ਭਾਜੀ ਇਹਨੇ ਮੇਰਾ ਪੁੱਤ ਹੀ ਮਾਰਤਾ ਕੰਜਰੀ ਨੇ ਪੈਦ ਸੀ ਇਹਨਾਂ ਦੀ ਉਸ ਤੋਂ ਬਾਅਦ ਭਾਜੀ ਇਹਨੇ ਮੇਰੇ ਘਰ ਆ ਕੇ ਇੰਨੀ ਲੜਾਈ ਝਗੜਾ ਰੋਜ਼ ਨਿੱਤ ਕਰਦੀ ਸੀ ਕਹਿੰਦੀ ਸੀ ਮੈਂ ਕੁਛ ਨਹੀਂ ਕਰਨਾ ਨਾ ਮੈਨੂੰ ਕੁਛ ਆਉਂਦਾ ਜੇ ਮੈਂ ਭਾਜੀ ਤਿੰਨ ਸਾਰੇ ਨੂੰ ਬੈੱਡ ਦੇ ਤੇ ਰੋਟੀਆਂ ਖਵਾਈਆਂ ਵਾ ਮੇਰਾ ਪੁੱਤ ਠੀਕ ਰਹੇ ਕੋਈ ਗੱਲ ਨਹੀਂ ਨਾ ਲੜੀ ਮੈਂ ਆਪੇ ਕਰ ਲੂੰਗੀ ਮੇਰੇ ਪੁੱਤ ਨੂੰ ਜਦੋਂ ਲੜਦੀ ਸੀ ਉਦੋਂ ਲੱਤਾਂ ਮਾਰਦੀ ਸੀ ਕਦੀ ਕੁਛ ਨਿੱਕੇ ਨਿੱਕੇ ਗੱਲਾਂ ਦੇ ਉੱਤੇ ਲੜਦੀ ਸੀ ਭਾਜੀ ਤਿੰਨ ਸਾਲ ਮੇਰੇ ਨਾਲ ਰਹੀ ਆ ਚੌਥੇ ਸਾਲ ਇਹਨੇ ਚੁੱਕ ਕਹਿੰਦੀ ਆ ਮੈਂ ਜਾਣਾ ਅਲੱਗ ਹੋਣਾ ਕੁਆਟਰਾਂ ਦੇ ਵਿੱਚ ਮੈਂ ਜਾਣਾ ਵਾ ਮੈਨੂੰ ਬਾਹਰ ਲੈ ਕੇ ਜਾ ਮੈਂ ਨਹੀਂ ਤੇਰੇ ਭੈਣ ਭਰਾਵਾਂ ਨਾਲ ਰਹਿਣਾ ਨਾ ਮੈਂ ਤੈਨੂੰ ਕੋਈ ਪੈਸਾ ਦੇਣਾ ਭਾਜੀ ਟ੍ਰੇਨਿੰਗ ਵੀ ਮੈਂ ਕਰਾਈ ਸਾਰਾ ਕੁਛ ਮੈਂ ਕਰਾਇਆ ਜਦੋਂ ਮੈਂ ਨੌਕਰੀ ਚੜਾਇਆ ਤੇ ਕਹਿੰਦੀ ਮੈਂ 1 ਰੁਪਈਆ ਨੀ ਤੇਰੀ ਮਾਂ ਨੂੰ ਦੇਣ ਦੇਣਾ ਤੇ ਮੈਨੂੰ ਲੱਗ ਲੱਲਾ ਕੁਆਟਰਾਂ ਚ ਘੱਲਿਆ ਉੱਥੇ ਵੀ ਮੇਰੇ ਸਾਰੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਤੂੰ ਆਪਣਾ ਪੁੱਤ ਲੈ ਜਾ ਤੂੰ ਆਪਣਾ ਪੁੱਤ ਮਰ ਜਾਣਾ ਤੇਰਾ ਉੱਤੇ ਚੜ ਜਾਂਦੀ ਆ ਭਾਜੀ ਹੁਣ ਤੇ ਮੈਂ ਉਹਨੂੰ ਉਹਦੇ ਘਰੋਂ ਲਿਆਈ ਆ ਪੁਲਿਸ ਵਿੱਚ ਸੀ GRPA ਦੇ ਪਾਪਾ ਦੀ ਜੋਬ ਦਵਾਈ ਸੀ ਮੈਂ ਪਰੋਟੀ ਕੇਸ ਤੇ ਭਰਤੀ ਸੀ ਮੈਂ ਤੇ ਸੋਚਿਆ ਸੀ ਮੇਰੇ ਧੀਆਂ ਪੁੱਤਾਂ ਦੀ ਬਾਂਹ ਬਣੂਗਾ ਭਾਜੀ ਜੋ ਉਹਦਾ ਵਿਆਹ ਕਰਾਇਆ GRPA ਦੇ ਵਿੱਚ ਇਹਨੇ ਉਸੇ ਦੇ ਭਾਜੀ ਮਾਂ ਇਹਦੀ ਇੰਸਟਾਗ੍ਰਾਮ ਤੇ ਰੋਜ਼ ਇਹਨੂੰ ਵੀਡੀਓ ਕਾਲ ਕਰਦੀ ਸੀਗੀ ਤੂੰ ਬੈਠੀ ਰਹਿ ਸੱਸ ਨੂੰ ਤੇ ਨਨਾਣ ਨੂੰ ਲਾ ਛੱਡ ਕੰਮੇ ਭਾਜੀ ਮੈਂ ਆਪਣੇ ਪੁੱਤ ਨੂੰ ਖੁਸ਼ ਵੇਖਣ ਕਰਕੇ ਮੈਂ ਸਾਰਾ ਕੰਮ ਆਪ ਕਰਦੀ ਹਾਂ
ਮਾਂ ਪਿਓ ਦੀ ਚੁੱਕਣਾ ਦੇ ਵਿੱਚ ਆ ਕੇ ਤੇ ਉੱਥੇ ਸਾਲ ਦੇ ਵਿੱਚ ਕੁਆਟਰਾਂ ਚ ਲੈ ਗਈ। ਉੱਥੇ ਵੀ ਮੇਰਾ ਪੁੱਤਰ ਹੁੰਦਾ ਸੀ ਤੇ ਮੈਨੂੰ ਬਾਹਰ ਮਿਲਣ ਆਉਂਦਾ ਸੀ, ਕਹਿੰਦਾ ਮੰਮੀ ਮੈਨੂੰ ਨਾ ਰੋਟੀ ਨੀ ਦਿੰਦੀ, ਮੈਂ ਨਿੱਕੇ ਭਰਾ ਨੂੰ ਕਰਦੀ ਹਾਂ ਜਾ ਕੇ ਰੋਟੀ ਦੇ ਕੇ ਆ। ਭਾਜੀ ਡਿਊਟੀਆਂ ਤੇ ਮੈਂ ਪੁੱਤ ਆਪਣਾ ਭੇਜਦੀ ਹਾਂ, ਮਗਰ ਰੋਟੀ ਖਵਾ ਕੇ ਭਰਾ ਨੂੰ ਆਈ। ਮੈਂ ਕਿਹਾ ਰੋਟੀ ਨੀ ਖਾ ਕੇ ਆਉਂਦਾ, ਕਹਿੰਦਾ ਮੰਮੀ ਰਾਤ ਦੀ ਵੀ ਘੱਲ ਦਿਆ ਕਰ। ਮੈਂ ਕਿਹਾ ਤੈਨੂੰ ਰੋਟੀ ਨਹੀਂ ਪਕਾਉਂਦੀ, ਕਹਿੰਦਾ ਅਜੇ ਵੀ ਉਹਦਾ ਉਹੀ ਹਾਲ ਆ, ਇੰਸਟਾਗ੍ਰਾਮ ਦੇ ਉੱਤੇ ਬਸ ਲੱਗੀ ਰਹਿੰਦੀ ਆ, ਰੋਟੀ ਨੀ ਮੇਰੇ ਪੁੱਤ ਨੂੰ ਨਿੱਕੇ ਨੇ ਬੱਚੇ ਨੂੰ ਹੀ ਨੀ ਦੁੱਧ ਦਿੰਦੀ ਟਾਈਮ ਨਾਲ। ਉਹ ਵੀ ਕੁੜੀ ਪਾ ਨੀ ਕਿੱਦਾਂ ਪੜਨ ਦਈ ਆ। ਇੱਕ ਬੇਟੀ ਆ ਭਾਜੀ 4 ਸਾਲ ਦੀ। ਪਿਛਲੇ ਸਾਲ ਇੰਨੇ ਹਿਸਾਬ ਲਾ ਲਓ, ਮੈਂ ਇਹਨੂੰ ਕਹਿੰਦਾ ਮੰਮੀ ਮੈਂ ਅਲੱਗ ਹੋਣਾ ਵਾ ਇਸ ਕਰਕੇ ਕਿ ਇਹਨੂੰ ਮੈਂ ਬਾਹਰ ਲੈ ਜਾ, ਸ਼ਾਇਦ ਉਸ ਤਰ੍ਹਾਂ ਖੁਸ਼ ਹੋ ਜੇ। ਕਹਿੰਦੀ ਸੀ ਮੈਂ ਦੋਵਾਂ ਨੂੰ ਘਰੋਂ ਬਾਹਰ ਕੱਢ ਦੇਣਾ, ਸੜਕ ਦੇ ਉੱਤੇ ਲੈ ਆਉਣਾ, ਮੈਨੂੰ ਮੇਰਾ ਹਿੱਸਾ ਚਾਹੀਦਾ। ਹਾਂਜੀ ਥਾਣੇ ਮੈਂ ਕੰਪਲੇਂਟ ਕਰਾਈ ਆ। ਹਾਂਜੀ ਇੱਥੋਂ ਚਾਟੀ ਪਿੰਡੋਂ ਆਏ ਆ। ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰੂੰਗੀ ਭਾਜੀ ਕਿ ਮੈਨੂੰ ਇਨਸਾਫ ਚਾਹੀਦਾ। ਇਹਨਾਂ ਦੇ ਸੱਸ ਸਹੁਰਾ ਸਾਰੇ ਇੱਥੇ ਹਾਜ਼ਰ ਹੈਗੇ ਸੀ ਕੱਲ, ਇਹਨਾਂ ਨੇ ਰਲ ਕੇ ਮੇਰੇ ਪੁੱਤ ਦਾ ਕਤਲ ਕੀਤਾ, ਇਹਨਾਂ ਨੇ ਫੜ ਕੇ ਮਾਰ ਕੇ ਤੇ ਫੇਰ ਇਹਨਾਂ ਨੇ ਉੱਤੇ ਚੁੰਨੀ ਦੇ ਨਾਲ ਬੰਨ ਕੇ ਤੇ ਆਪਣੇ ਵੱਲੋਂ ਕੱਟ ਕੇ ਦਾ ਦੱਸਿਆ ਕਿ ਉਹ ਸੁਸਾਈਡ ਕਰ ਗਿਆ। ਇਹਨੇ ਆਪਣੇ ਵੱਲੋਂ 7:15 ਦਾ ਭਾਜੀ ਉੱਥੋਂ ਤੁਰਿਆ, ਇਹ 8 ਵਜੇ ਡਿਊਟੀ ਉੱਥੇ ਖਤਮ ਹੁੰਦੀ ਆ, 7:15 ਉੱਥੋਂ ਤੁਰਿਆ। ਉਹਨਾਂ ਨੇ ਔਨਲਾਈਨ ਵੀਡੀਓ ਵੀ ਗਈਆਂ ਨੇ GRP ਥਾਣੇ ਦੀਆਂ। ਇਹ ਕਹਿੰਦੀ 7:15 ਆ ਗਿਆ ਸੀ ਘਰ, ਇਹਦਾ ਬਿਆਨ ਕੋਈ ਨਹੀਂ ਸਾਡੇ ਨਾਲ ਰਲਣ ਦਿਆ। ਇਹਨੇ ਮੈਨੂੰ ਕਿਹਾ ਫੋਨ ਕਰਕੇ ਤੇਰਾ ਪੁੱਤ ਮਰ ਗਿਆ ਵਾ, ਉੱਤੇ ਫਾਂਸੀ ਲੈ ਲਈ ਆ, ਛੇਤੀ ਆ ਜਾ। ਮੈਂ ਇੱਥੋਂ ਆਪਣੇ ਨਿੱਕਾ ਪੁੱਤ ਲੈ ਕੇ ਭੱਜੀ ਗਲੀ ਦੇ, 4-5 ਬੰਦੇ ਲੈ ਕੇ ਗਈ ਆ ਵੈਨ ਲੈ ਕੇ ਸਕੂਲ ਦੀ। ਅਸੀਂ ਜਾ ਕੇ ਵੇਖਿਆ, ਸਾਨੂੰ 10:30 ਦੱਸਿਆ ਵਾ ਕਿ ਤੁਹਾਡਾ ਪੁੱਤ ਇੱਦਾਂ ਹੋ ਗਿਆ। ਭਾਜੀ ਇਹਨੇ ਮੈਨੂੰ 2-2.5 ਘੰਟੇ ਕੱਖ ਨਹੀਂ ਦੱਸਿਆ ਵੀ ਤੇਰਾ ਪੁੱਤ ਕੀ ਆ ਕੀ ਨਹੀਂ। ਇਹਦੇ ਸੱਸ ਸਹੁਰਾ ਉਸੇ ਵੇਲੇ ਮੈਂ ਜਦੋਂ ਗਈ ਆਪਣੇ ਪੁੱਤ ਨੂੰ ਲੈਣ ਤੇ ਮੈਂ ਵੇਖਿਆ ਮੇਰਾ ਥੱਲੇ ਭੁੰਜੇ ਲੰਮੇ ਪਿਆ। ਜਿਹਨੇ ਵੀਡੀਓ ਬਣਾਈ ਗੇਟ ਕੀਪਰ ਨੇ ਉਹ ਕਹਿੰਦਾ ਮੈਨੂੰ ਮਿਲ ਕੇ ਗਿਆ, ਬੜਾ ਸੋਹਣਾ ਉਹਨੇ ਹੱਥ ਮਾਰਿਆ। ਇਹ ਸਾਡੇ ਨੂੰ ਰੋਜ਼ ਨਿਕਲਦੇ ਸੀ ਕਲੋਨੀ ਚੋਂ, ਬਾਹਰ ਰੋਟੀ ਖਾਂਦੀ ਸੀ ਢਾਬਿਆਂ ਤੋਂ, ਰਾਤੀ ਰੋਟੀ ਨਹੀਂ ਬਣਾਉਂਦੀ। ਫਿਰ ਇਹਨੇ ਇੰਨੀ ਗੱਲ ਕਹੀ ਆ ਕਿ ਕੋਈ ਨਹੀਂ ਆ, ਮੈਂ ਮਤਲਬ ਕਿ ਇਹ ਮੈਨੂੰ ਕਹਿੰਦਾ ਸੀ ਚਲੋ ਚੱਲੀਏ ਤੇ ਇਹ ਅੰਦਰ ਗਿਆ ਵਾ ਤੇ ਇਹਨੇ ਅੰਦਰ ਜਾ ਕੇ ਫਾਹ ਲਾਇਆ ਹੋਇਆ ਸੀ, ਜਦਕਿ ਗੱਲ ਇਹ ਨਹੀਂ ਸੀ। ਉਹਨੇ ਜਿਹੜਾ ਵੀਡੀਓ ਕੈਮਰੇ ਬਾਹਰ ਇਹਨਾਂ ਨੇ ਲਾਏ ਸੀ CC ਕੈਮਰੇ, ਭਾਜੀ ਉਹ ਸਵੇਰੇ ਗੇਟ ਕੀਪਰ ਨੇ ਕਿਹਾ ਮੈਂ 12 ਵਜੇ ਵੇਖ ਕੇ ਗਿਆ ਸਵੇਰੇ ਕੱਲ੍ਹ, ਅਤੇ ਰਾਤ ਨੂੰ ਭਾਜੀ ਉਹ ਟੁੱਟੇ ਹੋਏ ਸੀ, ਇਹਨਾਂ ਨੇ ਆਪਣੀ ਕੋਈ ਸਾਜਿਸ਼ ਬਣਾ ਕੇ ਮੇਰੇ ਪੁੱਤ ਨੂੰ ਮਾਰਤਾ। ਇਹ ਭਾਜੀ 4 ਸਾਲ ਹੋ ਗਏ, 5 ਸਾਲ ਮੇਰੇ ਮੁੰਡੇ ਨੂੰ ਟੋਰਚਰ ਕਰਦਿਆ। ਇਹਦੀ ਸੱਸ ਇੰਨੀ ਵੀਡੀਓ ਕਾਲ 'ਤੇ ਰਹਿੰਦੀ, ਸਹੁਰਾ ਇਹਦਾ ਇਹੋ ਕਹਿੰਦਾ ਸੀ ਕਿ ਤੈਨੂੰ ਅਸੀਂ ਤੇਰੀ ਨੌਕਰੀ ਲਵਾ ਦੇਣੀ ਆ, ਤੈਨੂੰ ਉਹ ਕਰ ਦੇਣਾ ਵਾ, ਤੈਨੂੰ ਵੇਖੀ ਮੰਗਤਾ ਕਰ ਦੇਣਾ ਵਾ, ਮੇਰੀ ਹੁਣ ਵੀ ਜਿਹੜਾ ਤੂੰ ਪ੍ਰੋਪਰਟੀ ਲਏਗਾ ਮੇਰੀ ਕੁੜੀ ਦੇ ਨਾਂ 'ਤੇ ਲੈਣੀ ਆ। ਭਾਜੀ ਇਹਨੇ ਆਪਣੀ ਕੁੜੀ ਦੇ ਨਾਂ 'ਤੇ ਪ੍ਰੋਪਰਟੀ ਲਾ ਕੇ ਮੇਰੇ ਪੁੱਤ ਨੂੰ ਕਖੋਲਾ ਕਰਤਾ। ਕੀਤੀ ਆ ਭਾਜੀ, ਮੇਰੇ ਕੋਲ ਰਿਕਾਰਡਿੰਗ ਆ ਗਈ ਆ। ਭਾਜੀ ਉਹ ਇਹੋ ਕਹਿੰਦਾ ਸੀ, ਕਹਿੰਦਾ ਮੰਮੀ ਮੈਂ ਤੇਰੇ 'ਤੇ ਬੋਝ ਨਹੀਂ ਬਣਨਾ, ਇੱਕ ਕੁੜੀ ਆ ਕਦੋਂ ਕਿੱਦਾਂ ਵਿਆਹੇਗੀ ਪੈਨਸ਼ਨ ਤੋਂ, ਉਹ +2 ਕਰਨ ਵਾ। ਉਹਦੇ ਨਾਲ ਬੜਾ ਪਿਆਰ ਸੀ, ਉਹਨੂੰ ਕਹਿੰਦਾ ਮਿਲਣਾ ਦਿਨ ਉਹਨੂੰ ਮਿਲਦਾ ਰਿਹਾ ਬਾਹਰ, ਉਹ ਕਹਿੰਦਾ ਕਿ ਤੂੰ ਇੱਥੇ ਆ ਜਾ ਕਰ, ਮੇਰਾ ਮੂਡ ਬੜਾ ਅਪਸੈਟ ਆ। ਮੇਰਾ ਪੁੱਤ ਜਾਂਦਾ ਸੀ, ਮੈਨੂੰ ਵੀਡੀਓ ਤੇ ਵੀ ਗੱਲ ਸੀ ਕਿਸੇ ਦੇ ਫੋਨ ਤੋਂ, ਕਹਿੰਦਾ ਮੰਮੀ ਆਪਣੇ ਫੋਨ ਕਰਦੀ ਆ ਤੇ ਮੇਰਾ ਫੋਨ ਚੈੱਕ ਕਰਦੀ ਆ ਘਰ। ਭਾਜੀ ਪਿਓ ਦੀ ਨੌਕਰੀ ਦਵਾਈ ਸੀਗੀ, ਚਲੋ ਸਾਡੀ ਮਾਂ ਬਣੂ, ਉਹਨੇ 1 ਰੁਪਇਆ ਨੀ ਘਰ ਦੇਣ ਦਿੱਤਾ, ਉਲਟਾ ਮੇਰਾ ਹੀ ਕਹਿੰਦੀ ਮਾਂ ਦੇ ਕੋਲੇ ਖਰਚਾ ਕਰਾ, ਆਪਣੀ ਸਾਰੀ ਜੇਬ ਉੱਥੇ ਸਹੁਰੇ ਦਿੰਦਾ ਸੀ। ਜਦੋਂ ਆਇਆ ਪਿਛਲੇ ਸਾਲ ਦੇ ਵਿੱਚ ਇਹਨੇ ਲੋਨ ਲਿਆ ਤੇ ਹੁਣ ਇਹਨੇ ਆਪਣਾ ਇੱਥੇ ਹੈਰੀਟੇਜ ਕਲੋਨੀ ਆ, ਉੱਥੇ ਇਹਨੇ ਆਪਣਾ ਮਕਾਨ ਬਣਾਇਆ ਜੀ। ਹਿਸਾਬ ਲਾ ਲਓ ਉਹਨੇ ਹਰ ਇੱਕ ਚੀਜ਼ ਇਹਦੀ ਪ੍ਰੋਵਾਈਡ ਕੀਤੀ ਆ। ਇਹਨੇ ਜੋ ਮੰਗਿਆ, ਜਿੰਨੇ ਮੋਬਾਈਲ ਮੰਗੇ, 14-15 ਸਾਰਾ ਐਕਟਿਵਾ ਤੱਕ, ਜਿਹੜੀ ਕਹਿੰਦੀ ਸੀ ਮੈਂ ਮਸ਼ੀਨ ਵਧੀਆ ਲੈਣੀ ਆ ਜਿਹੜੀ ਆਟੋਮੈਟਿਕ ਅੱਜ ਕੱਲ੍ਹ ਚੱਲੀ ਆ।
ਆਂਦੀ 80,000 ਦੀ, ਮੇਰੇ ਪਿਓ ਨੇ ਲਿਆਂਦੀ 80,000 ਦੀ ਲੈਣੀ ਆ। ਮੁੰਡੇ ਨੂੰ ਇੰਨਾ ਨੱਪ ਘੁੱਟ ਕੇ ਇਹਨੇ ਤੰਗ ਕਰਕੇ ਚੀਜ਼ਾਂ ਲਈਆਂ, ਘਰ ਸਾਰਾ ਪੂਰਾ ਕੀਤਾ। ਪਰ ਭਾਅ ਜੀ ਇਹਨੇ ਮੇਰਾ ਪੁੱਤ ਰਾਤ ਹੀ ਇੰਨੇ ਸਾਜਿਸ਼ ਨਾਲ ਮਾਰਿਆ, ਪਤਾ ਨਹੀਂ ਇਹਨੇ ਕਿਹੜੇ ਬੰਦੇ ਸੱਦੇ, ਜਾਂ ਆਪਣੇ ਜਿਹੜਾ ਮਾਂ ਪਿਓ ਇਹਦਾ ਇੱਥੇ ਹੀ ਗਾ ਸੀ। ਉਸੇ ਵੇਲੇ ਮੈਂ ਮੈਡੀਕਲ ਲੈ ਕੇ ਗਈ ਹਾਂ 20 ਮਿੰਟਾਂ ਤੋਂ, ਇੱਥੋਂ ਮੈਂ ਗਈ ਗਰਵਾਲੀ ਗੇਟ, ਉਸੇ ਵੇਲੇ ਮੈਂ ਮੁੰਡਾ ਪਾਇਆ ਗੱਡੀ 'ਚ ਲੈ ਕੇ ਗਈ ਹਾਂ ਮੈਡੀਕਲ, ਇਹਦਾ ਪਿਓ ਸਿੱਧਾ ਇੱਥੇ ਆ ਗਿਆ। ਉਹਨੂੰ ਕਿੰਨੇ ਖਬਰ ਕੀਤੀ, ਫਿਰ ਕਹਿੰਦੀ ਮੈਸੇਜ ਇਹਨੇ ਗੱਡੀ 'ਚ ਆਪ ਦੱਸਿਆ ਕਿ ਮੈਂ ਮੈਸੇਜ ਗੱਡੀ ਦੇ ਵਿੱਚ ਬਹਿ ਗਈ, ਅਤੇ ਇਹਦੇ ਕੋਲ ਫੋਨ ਦੋਵੇਂ ਸੀ, ਮੇਰੇ ਮੁੰਡੇ ਦਾ ਵੀ ਅਤੇ ਆਪਣਾ ਵੀ। ਇਹਨੇ ਉੱਥੇ ਮੈਸੇਜ ਕਰਕੇ ਕਿਹਾ ਇਹਨੇ ਆਪਣੇ ਵੱਲੋਂ ਸੁਸਾਈਡ ਕੀਤਾ ਵਾ, ਜਦਕਿ ਮੇਰੇ ਪੁੱਤ ਦਾ ਕਤਲ ਆ। ਅਤੇ ਮੈਨੂੰ ਭਾਅ ਜੀ ਇਨਸਾਫ ਚਾਹੀਦਾ, ਇਹਨੂੰ ਸਜ਼ਾ ਹੋਣੀ ਚਾਹੀਦੀ, ਮੇਰੀ ਇਹ ਨੋਹ ਨਹੀਂ ਆ, ਇਹ ਡੈਣ ਆ ਕੰਜਰੀ ਜਿਹਨੇ ਮੇਰਾ ਪੁੱਤ ਖਾ ਲਿਆ। ਇੱਕ ਮੇਰਾ ਬੰਦਾ ਨਹੀਂ, ਇੱਕ ਮੇਰਾ ਪੁੱਤ ਖਾ ਗਈ ਕੰਜਰੀ। ਉਹ ਆਪਣੇ ਉੱਥੇ ਹੈਗੀ ਪੇਕੇ ਆਪਣੇ ਗਈ ਰਾਤ ਪਿਓ ਦੇ ਨਾਲ। ਮੈਂ ਕਿਹਾ ਵੀ ਇੱਥੋਂ ਦਫ਼ਾ ਹੋ ਜਾ, ਚੱਲ ਜਾ। ਮੈਂ ਕਿਹਾ ਮੈਂ ਨਹੀਂ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ। ਮੁਲਾਜ਼ਮਾਂ ਨੇ ਕਿਹਾ ਸੀ ਕਿ ਤੁਸੀਂ ਇੱਥੋਂ ਚੱਲ ਜਾਓ। ਉਸ ਮੌਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ? ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰਖਿਲਾਫ, ਕਹਿੰਦਾ ਜੋ ਕਬੰਦੀ ਕਾਰਵਾਈ। ਭਾਅ ਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ, ਇਹਦੇ ਪਰਿਵਾਰ ਸਾਰੇ ਰਲੇ, ਉਹਦਾ ਪਿਓ ਹੀ ਧਮਕੀਆਂ ਲਾਉਂਦਾ ਰਿਹਾ। ਮੈਂ ਤੈਨੂੰ ਇੰਜ ਕਰ ਦਾਂਗਾ, ਉਂਜ ਕਰ ਦਾਂਗਾ, ਉਹਨੂੰ ਧਮਕੀਆਂ ਮਾਰਦੇ ਰਹੇ ਮੁੰਡੇ ਨੂੰ ਪਹਿਲੇ। ਰਿਟਾਇਰਡ? ਨਹੀਂ, ਮੌਜੂਦਾ ਡਿਊਟੀ ਤੇ ਆ। ਸੁਖਦੇਵ ਸਿੰਘ ਜਲੰਧਰ, ਉਹਨੇ ਮੇਰੇ ਮੁੰਡੇ ਨੂੰ ਕਈ ਵਾਰੀ ਧਮਕੀਆਂ ਲਾਈਆਂ, ਤੈਨੂੰ ਮੈਂ ਨੌਕਰੀ ਤੋਂ ਲਵਾ ਦੂੰਗਾ, ਮੈਂ ਤੈਨੂੰ ਉਹ ਕਰਾ ਦੂੰਗਾ। ਇਹਦੀ ਸੱਸ ਨੇ ਕਈ ਵਾਰੀ ਕਿਹਾ, ਕਹਿੰਦੀ ਆ ਜੇ ਮੇਰੀ ਧੀ ਨੂੰ ਏਦਾਂ ਨਾ ਕੀਤਾ ਨਾ ਤੈਨੂੰ ਵੇਖੀ ਫਿਰ ਦੱਸ ਦੇ ਤੈਨੂੰ। ਇਹਨੇ ਇਹਦੇ ਮੁੰਡੇ ਨੇ ਵੀ ਕਈ ਵਾਰੀ ਇਹਨੂੰ ਆਪਣੇ ਮੁੰਡੇ ਇਹਦੇ ਹੈਗੇ ਸੀ ਉੱਥੇ, ਇਹ ਗਵਾਹ ਹੈਗੇ ਆ ਕੁਆਟਰਾਂ ਦੇ ਵਿੱਚ, ਸਰਕਾਰੀ ਕੁਆਟਰ ਦੁਬਰਜੀ ਦੇ ਵਿੱਚ, ਇਹ ਮੁੰਡੇ ਕਿੰਨੇ ਲੈ ਕੇ ਜਾਂਦਾ ਰਿਹਾ ਉਹਨੂੰ ਧਮਕੀਆਂ ਲਵਾਉਣ ਮੇਰੇ ਮੁੰਡੇ ਨੂੰ। ਮੇਰਾ ਮੁੰਡਾ ਸਹਿਮਿਆ ਪਿਆ ਸੀ, ਇਹਨੇ ਕੰਜਰੀ ਨੇ ਉਹਨੂੰ ਇੰਨੀ ਉਹ ਬੇਮੌਤ ਦਿੱਤੀ ਉਹਨੂੰ, ਬੇਦਰਦ ਮੌਤ ਭਾਜੀ, ਜਿਹੜੀ ਰੱਬ ਕਿਸੇ ਨੂੰ ਨਾ ਦੇਵੇ। ਪੋਤਰੀ ਉਹ ਨਾਲ ਹੀ ਲੈ ਗਏ, ਉਹਨਾਂ ਨੇ ਤੇ ਸਾਨੂੰ ਕਦੀ ਚੁੱਕਣ ਹੀ ਨਹੀਂ ਦਿੱਤੀ, ਜਿਉਂ ਦੀ ਹੋਈ ਭਾਜੀ ਮੈਨੂੰ ਉਹਨਾਂ ਨੇ ਚੁੱਕਣ ਹੀ ਨਹੀਂ ਦਿੱਤਾ। ਮੈਂ ਸੋ ਉਹਨੂੰ ਕੱਪੜਾ ਲੀੜਾ ਲਿਆ ਕੇ ਦੇਣੀ ਹਾਂ ਤੇ ਉਹ ਫੜ ਕੇ ਡਸਟਬਿਨ ਚ ਪਾ ਕੇ ਤੇ ਬਾਹਰ ਨਗਰ ਨਿਗਮ ਵਾਲਿਆਂ ਨੂੰ ਫੜਾ ਦਿੰਦੀ ਸੀ। ਪੁਲਿਸ ਮੌਕੇ ਤੇ ਆਈ ਹੈ, ਤੁਹਾਡੀ ਨੂੰਹ ਇੱਥੇ ਹੀ ਉਹ? ਹਾਂਜੀ ਉਹ ਇੱਥੇ ਹੀ ਸੀ, ਉਹ ਵੀ ਸੀ, ਉਹਦਾ ਪਿਓ ਵੀ ਸੀ, ਉਹਦਾ ਸਾਲਾ ਵੀ ਸੀ। ਉਸ ਵੇਲੇ ਪੁੱਛਗਿੱਛ ਕੀਤੀ ਕਿ ਉਹਨੇ? ਨਹੀਂ ਉਹਨਾਂ ਕੋਈ ਨਹੀਂ ਕੀਤੀ ਪੁੱਛਗਿੱਛ, ਉਹ ਇੱਥੇ ਬੈਠਾ ਉਹ ਸਿਰਫ ਸਾਡੇ ਨਾਲ ਚੱਲਦਾ ਰਿਹਾ ਭਰਾ। ਉਹ ਸਾਡੇ ਨਾਲ ਉੱਥੇ ਗਏ ਸੀ ਇਨਵੈਸਟੀਗੇਸ਼ਨ ਕਰਨ, ਉਹਨਾਂ ਨੇ ਵੀਡੀਓ ਬਣਾਈਆਂ, ਫੋਟੋਆਂ ਖਿੱਚੀਆਂ। ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਜੋ ਬਣਦੀ ਕਾਰਵਾਈ ਅਸੀਂ ਕਰਾਂਗੇ। ਤੇ ਜਿਹੜਾ ਸਾਡਾ ਮਹਿਕਮਾ GRP ਦਾ, ਉਹ ਵੀ ਕਹਿੰਦੇ ਸੀ ਕੋਈ ਗੱਲ ਨਹੀਂ, ਅਸੀਂ ਆਪਣੇ ਪੋਸਟਮਾਰਟਮ ਕਰਾ ਕੇ ਇੱਥੇ ਆਵਾਂਗੇ ਤੇ ਫਿਰ ਅਸੀਂ ਤੁਹਾਨੂੰ ਦੱਸਾਂਗੇ, ਜੋ ਬਣਦੀ ਕਾਰਵਾਈ ਅਸੀਂ ਵੀ ਕਰਾਂਗੇ ਜੋ ਮਹਿਕਮੇ ਵੱਲੋਂ ਆ। ਸਾਡਾ ਮੁੰਡਾ, ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਰਜਿੰਦਰ ਕੌਰ, ਮੈਂ ਸ਼ਮਸ਼ੀਰ ਸਿੰਘ ਦੀ ਮਾਸੀ ਆ। ਮੈਂ ਕਈ ਵਾਰੀ ਉਹਨੂੰ ਸਟੇਸ਼ਨ ਤੇ ਮਿਲਿਆ, ਉਹ ਹਮੇਸ਼ਾ ਹੀ ਇਹ ਕਹਿੰਦਾ ਸੀ ਵੀ ਮੈਨੂੰ ਇਹ ਰੋਟੀ ਪਾਣੀ ਨਹੀਂ ਦਿੰਦੀ, ਮੈਨੂੰ ਲੈਂਬੋ ਲੈ ਕੇ ਵੀ ਮਾਰਦੀ ਆ, ਮੈਨੂੰ ਬੋਕਰ ਲੈ ਕੇ ਵੀ ਮਾਰਦੀ ਆ। ਇਸ ਗੱਲ ਦੇ ਗਵਾਹ ਸਾਰੇ ਇਹਦੇ ਕੁਆਟਰਾਂ ਦੇ ਮੈਂਬਰ ਵੀ ਨੇ, ਔਰ ਜਿੱਥੇ ਪੇਕਿਆਂ ਦੀ ਗਲੀ ਹੈ ਦੀ ਮੰਮੀ ਦਾ ਘਰ, ਉਹਦੇ ਲਾਗੇ ਵੀ ਸਾਰੇ ਗਵਾਹ ਨੇ। ਸਾਰੀ ਗਲੀ ਗਵਾਹੀ ਦੇਗੀ ਵੀ ਇਹ ਮੁੰਡੇ ਨੂੰ ਕਿਸ ਤਰ੍ਹਾਂ ਟੋਰਚਰ ਕਰਦੀ ਰਹੀ, ਕਿਸ ਤਰ੍ਹਾਂ ਮਾਰ ਕਟਾਈ ਕਰਦੀ। ਨਾਮ ਕੀ ਸੀ? ਤਾਇਆ ਤਾਜਮੀਤ ਕੌਰ। ਮੈਂ ਤੁਹਾਨੂੰ ਕਿਹਾ ਵੀ ਆਪਣੀ ਗੰਦੀ ਅਸ਼ਲੀਲ ਵੀਡੀਓ ਬਣਾਉਂਦੀ ਸੀ ਇੰਸਟਾਗ੍ਰਾਮ ਦੇ ਉੱਤੇ, ਜਦਕਿ ਸਾਰੇ ਲੋਕੀ ਸਾਨੂੰ ਲਾਮਾ ਦਿੰਦੇ ਸੀ ਵੀ ਤੁਹਾਡੀ ਨੂੰਹ ਦੇਖੋ ਕਿਸ ਤਰ੍ਹਾਂ ਦੀ ਵੀਡੀਓ ਬਣਾ ਰਹੀ ਆ। ਜਦੋਂ ਇਹਨੇ ਵੀ ਕਿਹਾ ਨਹੀਂ ਸੀ ਮੁੜਦੀ, ਗਲੀ ਦੇ ਵਿੱਚ ਵੀ ਛੋਟੀਆਂ ਛੋਟੀਆਂ ਪੈਂਟੀਆਂ ਪਾ ਕੇ ਫਿਰਦੀ ਸੀ, ਇਹਨੂੰ ਕਹਿੰਦੀ ਸੀ ਮੈਂ ਤੇਰੇ ਨਾਲ ਵੱਖਰਾ ਲੈ ਜਾਣਾ। ਘਰ 'ਚ ਭੈਣ ਨਾਲ ਵੀ ਲੜਾਈ ਕਰਾਈ, ਭਰਾ ਦੀ ਵੀ ਬਾਂਹ ਤੜਾਈ, ਮਾਂ ਦੇ ਵਿੱਚ ਹੀ ਪਈ। ਇਸ ਦੌਰਾਨ ਇਹਨਾਂ ਦੇ ਕਈ ਕਰਾਈਆਂ ਹੋਈਆਂ, ਇਹਨਾਂ ਨੇ ਥਾਣੇ ਵਿੱਚ ਰਿਪੋਰਟਸ ਕਰਾਈਆਂ ਸੀ ਵੀ ਸਾਡੇ 'ਤੇ ਇਸ ਤਰ੍ਹਾਂ ਅਟੈਕ ਕਰਦੀ ਹੈ।
ਉਹ ਵੀ ਇਹਨਾਂ ਕੋਲ ਸਾਰੇ ਪ੍ਰੂਫ ਹੈਗੇ ਜੇ ਰੁਕ ਜਾਓ ਲੋ ਬਾਕੀ ਹੁਣ ਜੋ ਵੀ ਆ ਕਾਰਵਾਈ ਜਿਸ ਤਰ੍ਹਾਂ ਪ੍ਰਸ਼ਾਸਨ ਕਰੇਗਾ ਉਹ ਇਹਨਾਂ ਨੂੰ ਮਨਜ਼ੂਰ ਜੇ ਪਹਿਲਾਂ ਸੁਸਾਈਡ ਕੀਤਾ ਵਾ ਜਦਕਿ ਮੇਰੇ ਪੁੱਤ ਦਾ ਕਤਲ ਆ ਤੇ ਮੈਨੂੰ ਭਾਜੀ ਇਨਸਾਫ਼ ਚਾਹੀਦਾ ਇਹਨੂੰ ਸਜ਼ਾ ਹੋਣੀ ਚਾਹੀਦੀ ਮੇਰੀ ਇਹ ਨੋਹ ਨਹੀਂ ਆ ਇਹ ਡੈਣ ਆ ਕੰਜਰੀ ਜਿਹਨੇ ਮੇਰਾ ਪੁੱਤ ਖਾ ਲਿਆ ਇੱਕ ਮੇਰਾ ਬੰਦਾ ਨੀ ਇੱਕ ਮੇਰਾ ਪੁੱਤ ਖਾ ਗਈ ਕੰਜਰੀ ਉਹ ਆਪਣੇ ਉੱਥੇ ਹੈਗੀ ਪੇਕੇ ਆਪਣੇ ਗਈ ਰਾਤ ਪਿਓ ਦੇ ਨਾਲ ਮੈਂ ਕਿਹਾ ਵੀ ਇੱਥੋਂ ਦਫ਼ਾ ਜਾ ਚੱਲ ਜਾ ਮੈਂ ਕਿਹਾ ਮੈਂ ਨੀ ਤੈਨੂੰ ਇੱਥੇ ਵੇਖਣਾ ਪਸੰਦ ਕਰਦੀ ਮੁਲਾਜ਼ਮਾਂ ਨੇ ਕਿਹਾ ਕਿ ਤੁਸੀਂ ਇੱਥੋਂ ਚੱਲ ਜਾਓ ਉਸ ਮੌਕੇ ਤੇ ਪੁਲਿਸ ਨੇ ਕੀ ਕਾਰਵਾਈ ਕੀਤੀ ਤੁਹਾਨੂੰ ਪੁਲਿਸ ਨੇ ਪਰਚਾ ਦਰਜ ਕੀਤਾ ਵਾ ਇਹਦੇ ਬਰਖਿਲਾਫ ਕਹਿੰਦਾ ਜੋ ਕਬੰਦੀ ਕਾਰਵਾਈ ਭਾਜੀ ਇਹਦਾ ਸਾਰਾ ਪਰਿਵਾਰ ਅੰਦਰ ਕਰਨਾ ਇਹਦੇ ਪਰਿਵਾਰ ਸਾਰੇ ਰਲੇ ਸੀ ਇੱਥੇ ਹੀ ਗਏ ਸੀ ਤੁਰਦੇ ਫਿਰਦੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਮੇਰੇ ਪੁੱਤ ਨੂੰ ਭੇਟ ਟੰਗਿਆ ਟੋਰਚਰ ਕੀਤਾ ਉਹਦੇ ਗਲੇ ਦੇ ਉੱਤੇ ਕੋਈ ਇਹੋ ਜਿਹਾ ਨਿਸ਼ਾਨ ਨਹੀਂ ਸੀ ਕੋਈ ਉਹਦੀ ਜੀਭ ਬਾਹਰ ਨਹੀਂ ਸੀ ਕੋਈ ਉਹਦੀ ਅੱਖਾਂ ਬਾਹਰ ਨਹੀਂ ਸੀ ਇਹਨਾਂ ਨੇ ਥੱਲੇ ਉਹਨੂੰ ਸਰਾਣਾ ਇੱਥੇ ਇੰਨਾ ਪਿਆ ਇਹਦੇ ਘਰ ਦੇ ਲਾਗੇ ਉੱਥੇ ਪਿਆ ਸਰਾਣਾ ਜਿੱਥੇ ਇਹਨਾਂ ਨੇ ਮੂੰਹ ਦੇ ਉੱਤੇ ਰੱਖ ਕੇ ਦੱਬਿਆ ਵਾ ਉਹਦੇ ਬੁੱਲ ਉਸੇ ਵੇਲੇ ਲਾ ਨੀਲੇ ਤੁਹਾਡੀ ਨੂੰਹ ਕਿੱਥੋਂ ਦੀ ਰਹਿਣ ਵਾਲੀ ਸੀ ਉਹ ਬਟਾਲੇ ਦੀ ਰਹਿਣ ਵਾਲੀ ਸੀ ਬੁੱਲ ਵੀ ਉਹਦੇ ਨੌ ਵੀ ਨੀਲੇ ਹੋਏ ਸੀ ਜਦੋਂ ਮੈਂ ਗਈ ਆ ਤੇ ਉਹਦੀ ਚਮੜੀ ਅਜੇ ਗਰਮ ਸੀ ਤੇ ਮੈਂ ਫਟਾਫਟ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਮੈਨੂੰ ਲੈ ਜਾ ਤੇ ਮੈਂ ਬਚਾ ਲਾ ਆਪਣੇ ਪੁੱਤ ਨੂੰ ਮੈਨੂੰ ਨਹੀਂ ਪਤਾ ਮੈਨੂੰ ਡਾਕਟਰਾਂ ਨੇ ਕਿਹਾ ਇੱਕ ਘੰਟਾ ਹੋ ਗਿਆ ਇਹਨੂੰ ਪੂਰੇ ਹੋਏ ਨੂੰ ਇਹ ਤੁਹਾਨੂੰ ਹੁਣ ਖਬਰ ਦਿੱਤੀ ਇਹਨੇ 5 ਮਿੰਟ ਦਾ ਰਾਹ ਹਰਤੇਜ ਤੋਂ ਉੱਥੇ ਮੈਡ ਕਾਰਡ ਦਾ ਵਾ ਅਸੀਂ 5 ਮਿੰਟਾਂ 'ਚ ਲੈ ਗਏ ਕਹਿੰਦਾ ਕੀ ਗੱਲ ਇੱਕ ਘੰਟਾ ਇਹ ਕੀ ਕਰਦੀ ਰਹੀ ਆ ਉਦੋਂ ਤੁਹਾਨੂੰ ਕਿਉਂ ਨਹੀਂ ਖਬਰ ਦਿੱਤੀ ਮੈਂ ਤੇ ਇਹ ਮੰਗ ਕਰੂੰਗੀ ਭਾਜੀ ਕਿ ਮੇਰੇ ਮੈਨੂੰ ਇਨਸਾਫ਼ ਚਾਹੀਦਾ ਵਾ ਮੇਰੇ ਧੀਆਂ ਪੁੱਤ ਤੇ ਹੈਗੇ ਹੀ ਉਹਦੇ ਸਿਰ ਤੇ ਹੀ ਚਲੋ ਸਾਨੂੰ ਨਾ ਮਦਦ ਦਿੰਦਾ ਪੈਸੇ ਧੇਲੇ ਦੀ ਪਰ ਸਾਨੂੰ ਉਹਦਾ ਆਸਰਾ ਬੜਾ ਸੀ ਕਿ ਉਹ ਪਿਓ ਸਿਰ ਤੇ ਨਹੀਂ ਉਸੇ ਨੂੰ ਇਹਨਾਂ ਨੇ ਪਿਓ ਬਣਾਇਆ ਕਹਿੰਦੇ ਕੋਈ ਨਹੀਂ ਨਹੀਂ ਆਉਂਦਾ ਰੱਖੜੀ ਬਣਾਉਣ ਮੰਮੀ ਕੋਈ ਨਹੀਂ ਸਾਨੂੰ ਦੇਸਦਾ ਰਵੇ ਪਰ ਇਹਨਾਂ ਨੇ ਰਲ ਕੇ ਸਾਜਿਸ਼ ਖੇਡੀ ਆ ਤੇ ਮੈਨੂੰ ਇਨਸਾਫ਼ ਭਾਜੀ ਦਵਾਓ ਜਿੱਦਾਂ ਵੀ ਆ ਕਿਹੜੇ ਤੁਹਾਨੂੰ ਸਬ ਇੰਸਪੈਕਟਰ ਧਮਕੀਆਂ ਲਾਉਂਦੇ ਤੁਹਾਨੂੰ